ਉਹ 8 ਦਿਨ ਦੇ ਕਰੀਬ ਪੰਜਾਬ ਦੇ ਵਿੱਚ ਰਹੇਗੀ ਔਰ ਮੈਨੂੰ ਲੱਗਦਾ ਹੈ ਕਿ ਅੱਜ ਆਜ਼ਾਦੀ ਤੋਂ ਬਾਅਦ ਅੱਜ ਭਾਰਤ ਜੋੜੋ ਦੀ ਬੜੀ ਜ਼ਰੂਰਤ ਸੀ ਮਾਰਨਿੰਗ ਸਵੇਰ ਹੁਣ ਤੱਕ ਦਾ ਸ਼ਡਿਊਲ ਇਹੀ ਹੈ ਕਿ 6 ਵਜੇ ਤੋਂ ਸ਼ੁਰੂ ਹੋਇਆ ਕਰੇਗੀ ਤੇ ਸ਼ਾਮੀ 6 ਵਜੇ ਤੱਕ ਖਤਮ ਹੋਏਗੀ ਪੰਜਾਬ 'ਚ ਕਿੰਨੀਆਂ ਤਿਆਰੀਆਂ ਹੋ ਗਈਆਂ ਨੇ ਮੀਟਿੰਗਾਂ ਤੁਹਾਡੀਆਂ ਲਗਾਤਾਰ ਚੱਲ ਸੋ ਇੱਕ ਭਾਰਤ ਛੋੜੋ ਵੀ ਯਾਤਰਾ ਸੀਗੀ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨੂੰ ਕਿਹਾ ਸੀ ਭਾਰਤ ਛੋੜੋ ਸੋ ਉਹ ਕਾਮਯਾਬ ਹੋਈ ਸੀ ਬੜੀ ਸਕਸੈਸ ਡਾਂਡੀ ਮਾਰਚ ਯਾਤਰਾ ਸੀ ਔਰ ਦੇਸ਼ ਆਜ਼ਾਦ ਹੋਇਆ ਔਰ ਮੈਨੂੰ ਲੱਗਦਾ ਕਿ ਅੱਜ ਆਜ਼ਾਦੀ ਤੋਂ ਬਾਅਦ ਅੱਜ ਭਾਰਤ ਜੋੜੋ ਦੀ ਬੜੀ ਜ਼ਰੂਰਤ ਸੀ ਜਾਣਕਿ ਦੇਸ਼ ਨੂੰ ਜੋੜਨਾ ਦੇਸ਼ ਦੇ ਤਮਾਮ ਜਿਸ ਤਰ੍ਹਾਂ ਦਾ ਹਾਲਾਤ ਬਣਦੇ ਜਾ ਰਹੇ ਹੈ ਸਭ ਨੂੰ ਨਾਲ ਲੈ ਕੇ ਚੱਲਣਾ ਹਰ ਫਿਰਕੇ ਦੇ ਲੋਕਾਂ ਨੂੰ ਸੋ ਇਸ ਕਰਕੇ ਭਾਰਤ ਜੋੜੋ ਯਾਤਰਾ ਜਿਹੜੀ ਹੈ ਉਹ 8 ਦਿਨ ਦੇ ਕਰੀਬ ਪੰਜਾਬ ਦੇ ਵਿੱਚ ਰਹੇਗੀ ਮਾਰਨਿੰਗ ਸਵੇਰ ਹੁਣ ਤੱਕ ਦਾ ਸ਼ਡਿਊਲ ਇਹੀ ਹੈ ਕਿ 6 ਵਜੇ ਤੋਂ ਸ਼ੁਰੂ ਹੋਇਆ ਕਰੇਗੀ ਅਤੇ ਸ਼ਾਮੀ 6 ਵਜੇ ਤੱਕ ਖਤਮ ਹੋਏਗੀ ਇਹ ਪਹਿਲਾਂ 15 ਕਿਲੋਮੀਟਰ ਅਤੇ ਫਿਰ 12-13 ਕਿਲੋਮੀਟਰ ਜਾਂ 10 ਕਿਲੋਮੀਟਰ ਦਾ ਪੜਾਅ 25 ਕਿਲੋਮੀਟਰ ਇਜ਼ ਦਾ ਮੈਕਸੀਮਮ ਲਿਮਿਟ ਜਿਹੜੀ ਇਹ ਤੈਅ ਕਰਿਆ ਕਰੇਗੀ ਸੋ ਪੂਰਨ ਉਮੀਦ ਹੈ ਕਿ 10 ਤਰੀਕ ਨੂੰ ਰਾਹੁਲ ਗਾਂਧੀ ਜੀ ਸਾਡੇ ਕੋਲ ਰਾਤ ਨੂੰ ਸ਼ਾਮ ਨੂੰ ਕਿਸੇ ਵੇਲੇ ਪੰਜਾਬ ਐਂਟਰ ਕਰਨਗੇ ਸੋ ਇਹ ਰਹੇਗਾ ਮੁਕੰਮਲ ਤਿਆਰੀਆਂ ਅੱਜ ਸੀਨੀਅਰ ਲੀਡਰ ਸਾਹਿਬਾਨਾਂ ਨਾਲ ਮੈਡਮ ਭੱਠਲ ਨਾਲ ਲਾਲ ਸਿੰਘ ਜੀ ਨਾਲ ਦੁੱਲੋ ਸਾਹਿਬ ਨਾਲ ਸੰਤੋਸ਼ ਚੌਧਰੀ ਇਹ ਤਮਾਮ ਸੀਨੀਅਰ ਲੀਡਰਸ ਨੂੰ ਨਿਯੋਤਾ ਦਿੱਤਾ ਗਿਆ ਸੀਗਾ ਉਹਨਾਂ ਦੇ ਸੁਝਾਵ ਲਏ ਗਏ ਉਹਨਾਂ ਦੀਆਂ ਕੋਈ ਜਿਹੜੀਆਂ ਸਲਾਹਾਂ ਸੀਗੀਆਂ ਉਹ ਲਈਆਂ ਗਈਆਂ ਔਰ ਇਹ ਲੋਕ ਵੀ ਭਾਰਤ ਜੋੜੋ ਯਾਤਰਾ ਸ਼ਾਮਿਲ ਹੋਣਗੇ ਕਿਉਂਕਿ ਹਰ ਵਰਗ ਦੇ ਵਿੱਚ ਇੱਕ ਚਾਹ ਹੈ ਅੱਡ ਡਿਫਰੈਂਟ ਇਹਦੀਆਂ ਕਮੇਟੀਜ਼ ਬਣੀਆਂ ਫੂਡ ਕਮੇਟੀ ਹੈ ਅਕੋਮੋਡੇਸ਼ਨ ਕਮੇਟੀ ਹੈ ਸੋਸ਼ਲ ਮੀਡੀਆ ਕਮੇਟੀ ਹੈ ਮੀਡੀਆ ਕਮੇਟੀ ਹੈ ਇਹਦੇ ਵਿੱਚ ਰੂਟ ਕਮੇਟੀ ਹੈ 18 ਕਿਸਮ ਦੀਆਂ ਇਸ ਤਰ੍ਹਾਂ ਦੀਆਂ ਸਾਡੀਆਂ ਕਮੇਟੀਜ਼ ਹੈ ਔਰ ਮੈਨੂੰ ਲੱਗਦਾ ਕਿ ਸਵੇਰ ਬੜਾ ਚੈਲੇਂਜਿੰਗ ਹੈ ਤੁਹਾਨੂੰ ਪਤਾ ਕਿ ਰਜਾਈ 'ਚ ਉੱਠਣਾ ਤੁਹਾਡੇ ਆਖੇ ਕੋਈ ਤੁਹਾਡੇ ਬੱਚੇ ਜਾਂ ਘਰ ਦੇ ਪਰਿਵਾਰ ਦੇ ਆਗੂ 6 ਵਜੇ ਰਜਾਈ 'ਚੋਂ ਇਸ ਮੌਸਮ 'ਚ ਧੁੰਦ ਦਾ ਮੌਸਮ ਫੌਗੀ ਉੱਠਣ ਲਈ ਤਿਆਰ ਨਹੀਂ ਹੈ ਪਰ ਮੈਨੂੰ ਪੂਰਨ ਉਮੀਦ ਹੈ ਕਿ ਪੰਜਾਬ ਦੇ ਲੋਕਾਂ 'ਚ ਬੜਾ ਉਤਸ਼ਾਹ ਹੈ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਔਰ ਇੱਕ ਭਰਮਾ ਸਵਾਗਤ ਦੇ ਨਾਲ ਅਸੀਂ ਰਾਹੁਲ ਗਾਂਧੀ ਦੀ ਇਸ ਯਾਤਰਾ ਦੇ ਵਿੱਚ ਪੰਜਾਬ ਦੇ ਲੋਕ ਸ਼ਾਮਿਲ ਹੋਣਗੇ ਪੰਜਾਬ ਮਹਿਮਾਨ ਨਵਾਜ਼ੀ 'ਚ ਬਹੁਤ ਮਸ਼ਹੂਰ ਰਿਹਾ ਅਗਾਂਹ ਰਿਹਾ ਰਾਹੁਲ ਗਾਂਧੀ ਮੈਨੂੰ ਲੱਗਦਾ ਜਦੋਂ ਇਹ ਪ੍ਰਦੇਸ਼ ਛੱਡ ਕੇ ਜਾਣਗੇ ਮਹਿਸੂਸ ਕਰਨਗੇ ਕਿ ਜੋ ਪੰਜਾਬ ਦੇ ਵਿੱਚ ਹੌਸਪਿਟੈਲਿਟੀ ਸੇਵਾ ਮਹਿਮਾਨ ਨਵਾਜ਼ੀ ਲੋਕਾਂ ਦਾ ਸਵਾਗਤ ਹੋਇਆ ਉਹ ਕਿਤੇ ਨਹੀਂ ਹੋ ਰਿਹਾ ਪੰਜਾਬ ਦੀ ਸਿਆਸਤ ਬਦਲੂਗੀ ਇਹਦੇ ਨਾਲ ਤੁਹਾਨੂੰ ਲੱਗਦਾ ਕੋਈ ਕਾਂਗਰਸ ਪਾਰਟੀ ਛੋਟੇ ਵੀਰ ਇਹ ਪੰਜਾਬ ਦੀ ਸਿਆਸਤ ਬਦਲਣ ਵਾਸਤੇ ਭਾਰਤ ਜੋੜੋ ਯਾਤਰਾ ਨਹੀਂ ਹੋ ਰਹੀ ਇਹ ਤਾਂ ਕੰਨਿਆ ਕੁਮਾਰੀ ਤੋਂ ਚੱਲ ਰਹੀ ਹੈ ਜਿੱਥੇ ਸੱਸੀ ਕਈ ਕਈ ਸਾਲਾਂ 'ਚੋਂ ਕਾਂਗਰਸ ਪਾਰਟੀ ਦਾ ਰਾਜ ਨਹੀਂ ਹੈ ਤੇਲੰਗਾਨਾ ਤਾਮਿਲਨਾਡੂ ਆਂਧਰਾ ਪ੍ਰਦੇਸ਼ ਤੋਂ ਹੁੰਦੀ ਹੋਈ ਇੱਥੇ ਆਈ ਹੈ ਇਹਦਾ ਮਕਸਦ ਕੁਝ ਵਿੱਚ ਜਿਸ ਪ੍ਰਕਾਰ ਦਾ ਲੋਕਾਂ ਦੀ ਵੰਡ ਪਾਈ ਜਾ ਰਹੀ ਹੈ ਹਿੰਦੂ ਮੁਸਲਿਮ ਸਿੱਖ ਹਿੰਦੂ ਈਸਾਈ ਭਰਾ ਇਹਨਾਂ ਨੂੰ ਦਲਿਤ ਭਰਾ ਇਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਅਤੇ ਇਹਨਾਂ ਨੂੰ ਇਕੱਠਾ ਕਰਕੇ ਰੱਖਣਾ ਹੈ ਔਰ ਇਹਨਾਂ ਨੂੰ ਤੋੜਨ ਨਹੀਂ ਦੇਣਾ ਭਾਈਚਾਰਕ ਸਾਂਝ ਨਾ ਟੁੱਟੇ ਮਹਿੰਗਾਈ ਬਹੁਤ ਵੱਡੇ ਮੁੱਦਾ ਹੈ ਬੇਰੁਜ਼ਗਾਰੀ ਬੜਾ ਵੱਡਾ ਮੁੱਦੇ ਹੈ ਇਹ ਤਮਾਮ ਮੁੱਦਿਆਂ ਦੀ ਲੜਾਈ ਲੜਨੀ ਹੈ ਅੱਜ ਦੇਸ਼ ਦੇ ਅੰਦਰ ਲੋਕਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੀਡੀਆ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੁਡੀਸ਼ਰੀ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਤਮਾਮ ਬੁਰਾਈਆਂ ਦੇ ਖਿਲਾਫ ਇਹ ਯਾਤਰਾ ਜੇ ਰਾਹੁਲ ਗਾਂਧੀ ਨੇ ਕਾਂਗਰਸ ਪੰਜਾਬ ਦੀ ਮਜ਼ਬੂਤ ਕਰਨੀ ਹੁੰਦੀ ਜਾਂ ਕਾਂਗਰਸ ਕਰਕੇ ਯਾਤਰਾ ਕਰ ਰਿਹਾ ਹੁੰਦਾ ਤਾਂ ਫਿਰ ਹਿਮਾਚਲ ਦੇ ਇਲੈਕਸ਼ਨ ਰਾਹੁਲ ਗਾਂਧੀ ਜੀ ਨੇ ਨਹੀਂ ਛੱਡਣੇ ਸੀ ਫਿਰ ਗੁਜਰਾਤ ਦੇ ਇਲੈਕਸ਼ਨਾਂ 'ਚ ਰਾਹੁਲ ਗਾਂਧੀ ਨੇ ਰਹਿਣਾ ਸੀ ਹੋਰ ਸੀਟਾਂ ਆਉਂਦੀਆਂ ਇਸ ਗੱਲ ਨਾਲ ਉੱਥੇ ਇਹ ਮਕਸਦ ਹੈ ਦੇਸ਼ ਬਚਾਓ ਰਾਹੁਲ ਗਾਂਧੀ ਦੇਸ਼ ਦਾ ਤਿਰੰਗਾ ਝੰਡਾ ਲੈ ਕੇ ਚੱਲ ਰਹੇ ਨੇ ਅਤੇ ਤਿਰੰਗਾ ਝੰਡਾ ਇੱਕ ਪ੍ਰਧਾਨ ਨੂੰ ਦੂਜਾ ਪ੍ਰਧਾਨ ਦਿੰਦਾ ਜਦੋਂ ਸੂਬੇ 'ਚੋਂ ਸ਼ਿਫਟ ਹੁੰਦੀ ਹੈ ਇਹ ਸੋ ਇਹਦਾ ਮਕਸਦ ਕੁਝ ਹੋਰ ਹੈ ਕਾਂਗਰਸ ਮਜ਼ਬੂਤ ਕਰਨਾ ਮਕਸਦ ਨਹੀਂ ਹੈ ਇਹਦਾ ਮਕਸਦ ਹੈ ਕਿ ਦੇਸ਼ ਦੇ ਤਮਾਮ ਵਿਰੋਧੀ ਦਲ ਤਮਾਮ ਉਹ ਲੋਕ ਜਿਹੜੇ ਦੇਸ਼ ਨੂੰ ਪਿਆਰ ਕਰਦੇ ਹੈ ਦੇਸ਼ ਦੀਆਂ ਪਰੰਪਰਾਵਾਂ ਨੂੰ ਅਤੇ ਦੇਸ਼ ਦੇ ਸੰਵਿਧਾਨ ਨੂੰ ਪਿਆਰ ਕਰਦੇ ਹੈ ਦੇਸ਼ ਨੂੰ ਇਹ ਭਾਈਚਾਰੇ ਨੂੰ ਪਿਆਰ ਕਰਦੇ ਇਹ ਉਹਨਾਂ ਨੂੰ ਮਜ਼ਬੂਤ ਕਰਨਾ ਰਾਹੁਲ ਗਾਂਧੀ ਦਾ ਮਕਸਦ ਹੈ ਨਾ ਕਿ ਕਾਂਗਰਸ ਨੂੰ
ਹੋ ਗਿਆ।